ਬਹੁਤ ਸਾਰੀਆਂ ਟਰਾਲੀਆਂ ਦੋਸਤ ਬਣਾਉਂਦੇ ਆ। ਅੱਜ ਤੱਕ ਕਿਸੇ ਦੋਸਤ ਨੇ ਇਸ ਟਰਾਲੀ ਦੇ ਬਾਰੇ 'ਚ ਇਹ ਨਹੀਂ ਸੋਚਿਆ ਵੀ ਸਾਨੂੰ ਫਾਇਦਾ ਕੀ ਆ ਅਤੇ ਇਹਦਾ ਨੁਕਸਾਨ ਕੀ ਆ। ਦੋਸਤੋ, ਅਕਸਰ ਤੁਸੀਂ ਦੇਖਿਆ ਹੋਣਾ ਟਰੈਕਟਰ ਖੇਤ ਵਿੱਚੋਂ ਕੱਢਣ ਲੱਗੇ ਅੱਠ ਅੱਠ ਟਰੈਕਟਰ ਲਾ ਕੇ ਉਹ ਟਰੈਕਟਰ ਨੂੰ ਕੱਢਿਆ ਜਾਂਦਾ, ਕੀ ਨੁਕਸਾਨ ਹੁੰਦਾ। ਇਸ ਤਰ੍ਹਾਂ ਰੋਡ ਦੇ ਉੱਤੇ ਜਦੋਂ ਟਰੈਕਟਰ ਚੱਲਦਾ ਉਹਦੇ ਟਾਇਰ ਸਲਿੱਪ ਕਰਦੇ ਜਾਂਦੇ ਆ, ਉਹ ਘੱਸਦੇ, ਟਾਇਰ ਬਹੁਤ ਘੱਸਦੇ ਆ, ਇੰਜਨ 'ਤੇ ਲੋਡ ਪੈਂਦਾ ਉਹ ਘੱਸਦਾ। ਅਗਰ ਇਹੀ ਸਾਹੀ ਪੀਟੀਓ ਸ਼ਾਫਟ ਲਾ ਲਈਏ, ਇੱਕ ਦਫਾ ਹੀ ਖਰਚਾ ਹੋਣਾ, ਬੱਚਤ ਹੀ ਬੱਚਤ ਆ ਫਿਰ ਇਹਦੇ ਨਾਲ। ਛੋਟੇ ਤੋਂ ਛੋਟਾ ਟਰੈਕਟਰ ਵੀ ਵਜ਼ਨ ਖਿੱਚ ਲਏਗਾ। ਦੋਸਤੋ, ਅਸੀਂ ਕਿਹੜੇ ਕਿਹੜੇ ਵੱਡੇ ਟਰੈਕਟਰ ਆ, ਰੂਸੀ, ਬੈਲਾਰਸ, ਮੈਸੀ 385, ਹੋਰ ਫੋਰ ਵੀ ਟਰੈਕਟਰ ਵੀ ਲਾਏ ਆ, ਮਗਰ ਉਹ ਮਸਲਾ ਨਹੀਂ ਹੱਲ ਹੋਇਆ ਜਿਹੜਾ ਪਿੱਛੇ ਟਰੈਕਟਰ ਟਰਾਲੀ ਨੇ ਜ਼ੋਰ ਲਾਉਣਾ ਵਾ, ਉਹ ਟਰੈਕਟਰ ਨੇ ਨਹੀਂ ਉਹਨਾਂ ਜ਼ੋਰ ਲੱਗਣਾ ਜਿਹਨਾਂ ਟਰਾਲੀ ਨੇ ਪਿੱਛੋਂ ਲਾ ਲੈਣਾ। ਦੋਸਤੋ, ਪੂਰੀ ਦੁਨੀਆ ਦੇ ਵਿੱਚ ਜਿਹੜੇ ਟਰੈਕਟਰ ਟਰਾਲੀ ਆ ਇਹ 4x4 ਚੱਲਣ ਰਹੀ ਹੈ। ਇੰਡੀਆ ਦੇ ਵਿੱਚ ਵੀ ਮੈਂ ਬਹੁਤ ਜਗ੍ਹਾ ਦੇਖਿਆ ਟਰੈਕਟਰ ਜਿਹੜੇ ਉਹ 4x4 ਪਿੱਛੇ ਪੀਟੀਓ ਸ਼ਾਫਟ ਲੱਗੀ ਆ, ਕਈਆਂ ਦੇ ਬਹੁਤ ਬਿਹਤਰੀ ਸਿਸਟਮ ਬਣਾਏ ਹੋਏ ਆ, ਬ੍ਰੇਕਾਂ ਲੱਗੀਆਂ। ਇਸ ਤਰ੍ਹਾਂ ਹੀ ਸਾਡੇ ਪਹਾੜੀ ਇਲਾਕੇ ਆ, ਪਹਾੜੀ ਇਲਾਕੇ ਪਹਾੜਾਂ ਦੇ ਵਿੱਚ ਟਰਾਲੀਆਂ, ਛੋਟੀ ਛੋਟੀਆਂ ਟਰਾਲੀਆਂ, ਬੜੇ ਬੜੇ ਟਰੈਕਟਰ, ਅਤੇ ਫਿਰ ਵੀ ਉਹ ਬੜੀ ਮੁਸ਼ਕਲ ਨਾਲ ਚੜ੍ਹਾਈ ਚੜ੍ਹਦਾ। ਅਗਰ ਇਹ ਪੀਟੀਓ ਲਾਇਆ ਹੋਵੇ ਅਤੇ ਪੀਟੀਓ ਸ਼ਾਫਟ ਨਾਲ ਉਹ ਬਿਹਤਰੀਨ ਆਪਣੀ ਚੜ੍ਹਾਈ ਕੰਮ ਕਰ ਸਕਦੇ ਹੋ, ਔਰ ਬ੍ਰੇਕ ਵੀ ਲੱਗ ਜਾਏ, ਕਿਉਂਕਿ ਅਕਸਰ ਸਾਡੇ ਟਰੈਕਟਰ ਦੇ ਜਿਹੜੇ ਟਰਾਲੀਆਂ ਪਿੱਛੇ ਆ ਉਹਨਾਂ ਨੂੰ ਬ੍ਰੇਕਾਂ ਹੀ ਹੈ ਨੇ। ਅਸੀਂ ਇੰਨਾ ਪੈਸਾ ਖਰਚ ਕਰ ਲੈਂਦੇ ਹਾਂ, ਟਰਾਲੀ ਨੂੰ ਬ੍ਰੇਕ ਨਹੀਂ ਹੈਗੀ। ਇਹ ਟਰਾਲੀ ਲੋਡ ਹੁੰਦੀ ਆ, ਕੋਈ ਬ੍ਰੇਕ ਲਾਉਣੀ ਪੈ ਜਾਂਦੀ ਆ ਟਰੈਕਟਰ ਅੱਗੇ, ਜਾਂ ਧੂਹ ਹੁੰਦਾ ਜਾਂਦਾ ਅਤੇ ਜਾਂ ਟਰਾਲੀ ਉੱਤੇ ਚੜ੍ਹ ਜਾਂਦੀ ਟਰੈਕਟਰ 'ਤੇ, ਅਤੇ ਡਰਾਈਵਰ ਦਾ ਵੀ ਨੁਕਸਾਨ ਹੁੰਦਾ ਅਤੇ ਟਰੈਕਟਰ ਦਾ ਵੀ ਨੁਕਸਾਨ ਹੁੰਦਾ। ਅਗਰ ਇਹ ਅਸੀਂ ਪੀਟੀਓ ਗੇਅਰ ਵਾਲੀ ਟਰਾਲੀ ਬਣਾ ਲਈਏ ਤਾਂ ਸਾਨੂੰ ਬੜਾ ਫਾਇਦਾ ਹੋਏਗਾ। ਕੋਈ ਦੋਸਤ ਇਹਦੇ ਵਿੱਚ ਪਹਿਲ ਕਰੇ, ਚਾਹੇ ਉਹ ਵਰਕਸ਼ਾਪ ਵਾਲਾ ਹੋਵੇ ਟਰਾਲੀਆਂ ਬਣਾਉਣ ਵਾਲੇ, ਅਤੇ ਚਾਹੇ ਉਹ ਜ਼ਿਮੀਂਦਾਰ ਹੋਵੇ, ਚਾਹੇ ਉਹ ਟਰੈਕਟਰ ਵਾਲਾ ਹੋਵੇ, ਉਹ ਪਹਿਲ ਕਰੇ, ਇੱਕ ਟਰਾਲੀ ਬਣ ਜਾਏ ਸਾਡੇ ਮੁਰੋ ਦੇ ਵਿੱਚ, ਅਤੇ ਸਾਡੇ ਦੇਖੋ ਦੇਖੀ ਫੇ ਸਾਰੇ ਬਣਾਉਣ ਲੱਪਣਗੇ। ਇਹ ਕਰਨਾ ਚਾਹੀਦਾ, ਇਹ ਸਮਝੋ ਵੀ ਇਹ ਸਦਕਾ ਜਾਰੀ ਆ। ਸਾਰੇ ਬੰਦੇ ਨੂੰ, ਟਰੈਕਟਰ ਵਾਲਿਆਂ ਨੂੰ, ਟਰਾਲੀਆਂ ਵਾਲਿਆਂ ਨੂੰ, ਵਰਕਸ਼ਾਪ ਵਾਲਿਆਂ ਨੂੰ ਪਤਾ ਵੀ ਇੰਨਾ ਨੁਕਸਾਨ ਹੁੰਦਾ ਵਾ। ਅਕਸਰ ਟਰਾਲੀਆਂ ਸੜਕਾਂ 'ਤੇ ਖੜੀਆਂ, ਰਾਹ ਕੋਈ ਪਿੱਛੋਂ ਟੁੱਟ ਗਈ, ਕੋਈ ਉੱਤੇ ਚੜ੍ਹ ਗਈ ਟਰਾਲੀ, ਕੋਈ ਕੁਛ ਹੋਇਆ, ਕਦੇ ਕੁਛ ਹੋਇਆ, ਖੇਤ 'ਚ ਫਸ ਗਈ ਟਰਾਲੀ, ਮਿੱਟੀ ਢੋਣ ਵਾਲੇ ਜਿਹੜੇ ਆ, ਇੱਟਾਂ ਢੋਣ ਵਾਲੇ ਜਿਹੜੇ ਆ, ਉਹਨਾਂ ਵਾਸਤੇ ਵੀ ਬਹੁਤ ਫਾਇਦੇਮੰਦ ਟਰਾਲੀ ਆ ਜਿਹੜੀ ਪੀਟੀਓ ਗੇਅਰ ਵਾਲੀ ਆ। ਕੋਈ ਤਾਂ ਇਹਦੇ ਵਿੱਚ ਹਿੱਸਾ ਲਵੇ, ਚਾਹੇ ਮੈਨੂਫੈਕਚਰ ਜਿਹੜੇ ਟਰਾਲੀ ਬਣਾਉਂਦੇ ਆ ਉਹ ਹਿੱਸਾ ਲੈਣ, ਚਾਹੇ ਕੋਈ ਜ਼ਿਮੀਂਦਾਰ, ਬੜੇ ਬੜੇ ਦੇਖੋ ਜ਼ਿਮੀਂਦਾਰ ਆ, ਸਾਹਿਬੇ ਸੀਅਤ ਆ। ਇਹ ਇੱਕ ਸਦਕਾ ਜਾਰੀ ਆ, ਸਵਾਬ ਦਾ ਕੰਮ ਆ ਕਿ ਇਹ ਕੰਮ ਕਰਨਾ, ਕਿੰਨੀ ਬੱਚਤ ਹੋਏਗੀ, ਟਰੈਕਟਰਾਂ ਦੀ ਬੱਚਤ ਹੋਏਗੀ,
ਔਰ ਡਰਾਈਵਰਾਂ ਦੀ ਬੱਚਤ ਹੋਏਗੀ ਔਰ ਲੋਡ ਚੱਕਣ ਵਾਲੇ ਜਿੰਨੇ ਮਰਜ਼ੀ ਟਰਾਲੀਆਂ ਉਹ ਉਹਨਾਂ ਦੀ ਬੱਚਤ ਹੋਏਗੀ, ਤੇਲ ਦੀ ਬੱਚਤ ਹੋਏਗੀ, ਟਾਇਰਾਂ ਦੀ ਬੱਚਤ ਹੋਏਗੀ, ਟਰੈਕਟਰ ਦੀ ਕਸਾਈ ਦੀ ਬੱਚਤ ਹੋਏਗੀ। ਦੋਸਤੋ ਜਦੋਂ ਜਿੰਨਾ ਚਿਰ ਇੱਕ ਆਦਮੀ ਵੀ ਕੰਮ ਨਹੀਂ ਕਰਦਾ ਉਹਨਾਂ ਚਿਰ ਕੋਈ ਵੀ ਕਿਸੇ ਨੇ ਵੀ ਇਹ 'ਚ ਨਹੀਂ ਲੈਣਾ ਪਹਿਲ ਲੈਣੀ। ਦੋਸਤੋ ਕੋਈ ਵੀ ਇੱਕ ਦੋਸਤ ਇਹਦੇ ਵਿੱਚ ਹਿੱਸਾ ਲਵੇ ਔਰ ਇੱਕ ਟਰਾਲੀ ਆਪਣੀ ਬਣਾਏ ਅਤੇ ਇਹ ਫਿਰ ਦੋਸਤ ਦੇਖੋ ਦੇਖੀ ਇਹਨੂੰ ਬਣਾਉਣ ਲੱਗ ਪੈਣਗੇ। ਇਹ ਇੱਕ ਮੇਰੀ ਅਪੀਲ ਆ ਆਪਣੇ ਟਰੈਕਟਰ ਟਰਾਲੀਆਂ ਵਾਲੇ ਬੰਦੇ ਵਾਸਤੇ ਜਾਂ ਟਰਾਲੀਆਂ ਮੈਨੂਫੈਕਚਰ ਕਰਨ ਵਾਲੇ ਵਾਸਤੇ ਬਹੁਤ ਵੱਡੀ ਮੈਂ ਇੱਕ ਅਪੀਲ ਕਰਦਾ ਕਿ ਇਹ ਜ਼ਰੂਰ ਇਹਦੇ ਵਿੱਚ ਦਿਲਚਸਪੀ ਲਵੋ ਔਰ ਇਹ ਇੱਕ ਸਦਕਾ ਜਾਰੀਆ ਸਮਝ ਕੇ ਇਹ ਕੰਮ ਕਰੋ, ਕਿਉਂਕਿ ਲੋਕ ਬੜਾ ਨੁਕਸਾਨ ਹੋ ਰਿਹਾ ਵਾ ਟਰਾਲੀਆਂ ਟਰੈਕਟਰ ਟਰਾਲੀਆਂ ਦਾ ਬਹੁਤ ਨੁਕਸਾਨ ਹੋ ਰਿਹਾ। ਥੋੜ੍ਹਾ ਨੁਕਸਾਨ ਨਹੀਂ ਬਹੁਤ ਜ਼ਿਆਦਾ ਨੁਕਸਾਨ ਹੁੰਦਾ, ਰੇਤਾਂ ਦੀ ਟਰਾਲੀਆਂ ਲੋਕ ਘਟਾਓ ਕੱਢਦੇ ਆ ਉਹਦੇ ਮਗਰ ਚਾਰ ਚਾਰ ਟਰੈਕਟਰ ਪਾਏ ਹੁੰਦੇ ਆ, ਖੇਤਾਂ ਵਿੱਚੋਂ ਆਲੂ ਲੈ ਕੇ ਕੱਢਦੇ ਆ, ਕਣਕ ਲੈ ਕੇ ਕੱਢਦੇ ਆ, ਕਮਾਦ ਕੱਢਦੇ ਆ ਉਹ ਮਗਰ ਟਰੈਕਟਰ ਲਾਏ ਹੁੰਦੇ ਆ। ਐਵੇਂ ਥੰਮੇਲ 'ਤੇ ਵੀ ਅਸੀਂ ਇਹ ਇੱਦਾਂ ਬਣਾਈਆਂ, ਪੰਜ ਪੰਜ ਟਰੈਕਟਰ ਲੱਗੇ ਹੋਏ ਆ ਅਤੇ ਇਹ ਸਾਰੀ ਤਸਵੀਰ ਬਣਾ ਕੇ ਮੈਂ ਦਿਖਾਈ ਆ। ਅਤੇ ਦੋਸਤੋ ਇਹ ਵੀਡੀਓ ਜਿਹੜੀ ਇਹਦਾ ਇਹਨੂੰ ਲਾਜ਼ਮੀ ਅੱਗੇ ਸ਼ੇਅਰ ਕਰੋ, ਕੋਈ ਅੱਲਾ ਦਾ ਬੰਦਾ ਇਹ ਦਿਲਚਸਪੀ ਲਏਗਾ ਅਤੇ ਤੁਹਾਨੂੰ ਵੀ ਇਹਦਾ ਸੁਭਾਅ ਮਿਲੇਗਾ, ਮੈਨੂੰ ਵੀ ਸੁਭਾਅ ਮਿਲੇਗਾ। ਇਸ ਵੀਡੀਓ ਨੂੰ ਸ਼ੇਅਰ ਕਰਨ 'ਚ ਬੜਾ ਫਾਇਦਾ ਹੋਏਗਾ। ਦੋਸਤੋ ਕੋਈ ਇੰਨਾ ਮੁੱਲ ਨਹੀਂ ਲੱਗਦਾ ਜਾਂ ਇੰਨਾ ਕੋਈ ਖਰਚਾ ਨਹੀਂ ਹੁੰਦਾ ਅੱਗੇ ਸ਼ੇਅਰ ਕਰਨ ਦਾ। ਜਿਸ ਦੋਸਤ ਕੋਲ ਵੀ ਮੇਰੀ ਇਹ ਵੀਡੀਓ ਜਾਵੇ ਇਹ ਅੱਗੇ ਸ਼ੇਅਰ ਲਾਜ਼ਮੀ ਕਰੇ, ਇੱਕ ਸਦਕਾ ਜਾਰੀਆ ਸਮਝ ਕੇ ਇਹਨੂੰ ਅੱਗੇ ਸ਼ੇਅਰ ਕਰੇ, ਕੋਈ ਕੋਈ ਇਹਦੇ ਵਿੱਚ ਦਿਲਚਸਪੀ ਲੈ ਲਏਗਾ ਅਤੇ ਇਹ ਸਾਰਿਆਂ ਨੂੰ ਨੇਕੀ ਮਿਲੇਗੀ, ਸਾਰਿਆਂ ਨੂੰ ਸਵਾਬ ਮਿਲੇਗਾ। ਖੁਦਾ ਹਾਫਿਜ਼।